ਇੱਕ ਸ਼ਖਸ ਜਿਸ ਦਾ ਨਾਮ ਦੁਨੀਆ ਭਰ ਦੀ ਮੀਡੀਆ ਵਿੱਚ ਆਇਆ ਹੋਇਆ ਹੈ, ਉਹ ਨੇ ਵਲਾਦੀਮੀਰ ਪੁਤਿਨ, ਰੂਸ ਦੇ ਰਾਸ਼ਟਰਪਤੀ ਜਿਨ੍ਹਾਂ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ। ਮੈਂ ਹਾਂ ਦਲੀਪ ਸਿੰਘ, ਅੱਜ ਗੱਲ ਕਰਾਂਗੇ ਪੁਤਿਨ ਦੀ ਸ਼ਖਸੀਅਤ ਬਾਰੇ, ਉਹ ਕਿੰਨਾ ਲੋਕਾਂ ਦੀ ਸੁਣਦੇ ਨੇ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਉਹ ਇੰਨੇ ਤਾਕਤਵਰ ਬਣ ਕਿਵੇਂ ਗਏ। ਸਾਲ 2000 ਉਸ ਵੇਲੇ ਤੋਂ ਹੀ ਪੁਤਿਨ ਰੂਸ ਦੀ ਸੱਤਾ ਵਿੱਚ ਨੇ। ਪਿਛਲੇ 22 ਸਾਲ ਵਿੱਚ ਉਹ ਰੂਸ ਦੇ ਪ੍ਰਧਾਨ ਮੰਤਰੀ ਵੀ ਰਹੇ ਅਤੇ ਹੁਣ ਰਾਸ਼ਟਰਪਤੀ ਨੇ। ਸੋਵੀਅਤ ਦੇ ਵੱਡੇ ਨੇਤਾ ਜੋਸੇਫ ਸਟਾਲਿਨ ਤੋਂ ਬਾਅਦ ਪੁਤਿਨ ਅਜਿਹੇ ਆਗੂ ਹੋਏ ਜੋ ਇੰਨੇ ਲੰਮੇ ਵਕਤ ਤੋਂ ਰੂਸ ਦੀ ਕਮਾਨ ਸੰਭਾਲ ਰਹੇ ਨੇ। ਪੁਤਿਨ ਨੇ ਸਾਲ 2020 ਵਿੱਚ ਅਜਿਹਾ ਕੰਮ ਕੀਤਾ ਕਿ 2036 ਤੱਕ ਉਹ ਸੱਤਾ ਵਿੱਚ ਬਣੇ ਰਹਿਣਗੇ। ਰੂਸ ਦੇ ਸੰਵਿਧਾਨ ਦੇ ਹਿਸਾਬ ਨਾਲ ਕੋਈ ਸ਼ਖਸ ਰੂਸ ਦਾ ਰਾਸ਼ਟਰਪਤੀ ਲਗਾਤਾਰ ਸਿਰਫ 2 ਵਾਰ ਰਹਿ ਸਕਦਾ ਹੈ ਅਤੇ 2024 ਵਿੱਚ ਪੁਤਿਨ ਦੇ ਦੋਵੇਂ ਟਰਮ ਖਤਮ ਹੋ ਜਾਂਦੇ। ਪਰ ਉਹਨਾਂ ਨੇ ਸੰਵਿਧਾਨ ਵਿੱਚ ਹੀ ਬਦਲਾਅ ਕਰ ਦਿੱਤਾ। ਇਸ ਅਮੈਂਡਮੈਂਟ ਦੇ ਲਈ ਰੈਫਰੈਂਡਮ ਵੀ ਹੋਇਆ, ਯਾਨੀ ਕੌਮੀ ਪੱਧਰ 'ਤੇ ਵੋਟਿੰਗ ਹੋਈ ਅਤੇ ਅਖੀਰਕਾਰ ਪੁਤਿਨ ਜਿੱਤੇ ਅਤੇ ਹੁਣ ਰੂਸ ਵਿੱਚ ਰਾਸ਼ਟਰਪਤੀ ਲਗਾਤਾਰ 4 ਵਾਰ ਰਹਿ ਸਕਦੇ ਨੇ। ਹਾਲਾਂਕਿ ਇਸ ਵੋਟਿੰਗ 'ਤੇ ਰੂਸ ਦੀਆਂ ਵਿਰੋਧੀ ਪਾਰਟੀਆਂ ਨੇ ਗੜਬੜੀ ਦਾ ਇਲਜ਼ਾਮ ਲਗਾਇਆ ਸੀ। ਖੈਰ, ਥੋੜ੍ਹਾ ਪਿੱਛੇ ਚੱਲਦੇ ਹਾਂ। KGB ਸੋਵੀਅਤ ਸੰਘ ਦੀ ਇੱਕ ਖੁਫੀਆ ਏਜੰਸੀ ਹੁੰਦੀ ਸੀ ਅਤੇ ਪੁਤਿਨ ਇਸ ਦੇ ਜਾਸੂਸ ਹੋਇਆ ਕਰਦੇ ਸੀ। ਹੁਣ ਵੀ ਪੁਤਿਨ ਦੇ ਕਰੀਬੀ ਅਤੇ ਦੋਸਤ ਅਜਿਹੇ ਲੋਕ ਨੇ ਜਿਨ੍ਹਾਂ ਦੇ ਖੁਫੀਆ ਏਜੰਸੀਆਂ ਨਾਲ ਰਿਸ਼ਤੇ ਨੇ ਜਾਂ ਰਿਸ਼ਤੇ ਹੋਇਆ ਕਰਦੇ ਸੀ। ਪੁਤਿਨ ਦਾ ਪੋਲੀਟੀਕਲ ਕਰੀਅਰ 90 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਜਦੋਂ ਉਹ ਸੇਂਟ ਪੀਟਰਸਬਰਗ ਦੇ ਮੇਅਰ ਐਨਾਤੋਲੀ ਸਬਚੇਕ ਦੇ ਟੌਪ ਅਸਿਸਟੈਂਟ ਸੀ। 1997 ਵਿੱਚ ਪੁਤਿਨ ਬਣ ਗਏ ਰੂਸ ਦੀ ਖੁਫੀਆ ਏਜੰਸੀ FSB ਦੇ ਚੀਫ। 1999 ਵਿੱਚ ਰੂਸ ਦੇ ਉਸ ਵੇਲੇ ਦੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਰਿਜ਼ਾਈਨ ਕਰ ਦਿੱਤਾ ਅਤੇ ਪੁਤਿਨ ਨੂੰ ਐਕਟਿੰਗ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ, ਯਾਨੀ ਕਿ ਅਗਲੀਆਂ ਚੋਣਾਂ ਤੱਕ ਪੁਤਿਨ ਨੂੰ ਰਾਸ਼ਟਰਪਤੀ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਪੁਤਿਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਪੁਤਿਨ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਰੂਸ ਦੀ ਪਾਵਰ ਵਿੱਚ ਨੇ। ਉਹ ਚੋਣਾਂ ਜਿੱਤਦੇ ਵੀ ਨੇ, ਫਿਰ ਚਾਹੇ ਉਹਨਾਂ ਵੋਟਾਂ ਵਿੱਚ ਗੜਬੜੀ ਦੇ ਇਲਜ਼ਾਮ ਭਾਵੇਂ ਕਿਉਂ ਨਾ ਲੱਗਦੇ ਰਹੇ ਹੁਣ। ਪੁਤਿਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਪੁਤਿਨ ਦੇ ਲੱਛਣਾਂ ਤੋਂ ਲੱਗਦਾ ਹੈ ਕਿ ਉਹ ਸੋਵੀਅਤ ਯੁੱਗ ਦੀ ਚਾਹਤ ਰੱਖਦੇ ਨੇ। ਉਹ ਦੁਬਾਰਾ ਸੋਵੀਅਤ ਸਟਾਈਲ ਮਿਲਟਰੀ ਪਰੇਡ ਕਰਵਾਉਣ ਲੱਗੇ। ਸਟਾਲਿਨ ਦੇ ਪੋਸਟਰ ਜੋ ਕਦੇ ਬੈਨ ਸਨ, ਉਹ ਵਾਪਸ ਰੂਸ ਵਿੱਚ ਦਿਖਣ ਲੱਗੇ। ਇੱਥੇ ਤੱਕ ਕਿ ਰੂਸ ਦੀ ਕੋਵਿਡ ਵੈਕਸੀਨ ਦਾ ਨਾਮ ਵੀ ਸਪੁਤਨਿਕ ਹੈ। ਸੋਵੀਅਤ ਸੰਘ ਨੇ 1957 ਵਿੱਚ ਦੁਨੀਆ ਦੀ ਪਹਿਲੀ ਆਰਟੀਫਿਸ਼ੀਅਲ ਸੈਟੇਲਾਈਟ ਲਾਂਚ ਕੀਤੀ ਸੀ ਜਿਸ ਦਾ ਨਾਮ ਸਪੁਤਨਿਕ ਹੀ ਸੀ। ਪੁਤਿਨ ਕਹਿੰਦੇ ਨੇ ਕਿ 1991 ਵਿੱਚ ਸੋਵੀਅਤ ਸੰਘ ਦਾ ਟੁੱਟਣਾ 20ਵੀਂ ਸਦੀ ਦੀ ਸਭ ਤੋਂ ਵੱਡੀ ਜੀਓਪੋਲੀਟੀਕਲ ਤਬਾਹੀ ਸੀ। ਪੁਤਿਨ ਨੇ 2015 ਵਿੱਚ ਇੱਕ ਦਿਲਚਸਪ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਲੈਨਿਨਗ੍ਰਾਦ ਦੀਆਂ ਗਲੀਆਂ ਵਿੱਚ ਬੀਤੇ ਬਚਪਨ ਤੋਂ ਮੈਂ ਸਿੱਖਿਆ ਹੈ ਕਿ ਜੇਕਰ ਲੜਾਈ ਤੁਹਾਡੇ ਹੱਥ 'ਚੋਂ ਬਾਹਰ ਜਾ ਰਹੀ ਹੋਵੇ ਅਤੇ ਤੁਸੀਂ ਇਸ ਨੂੰ ਟਾਲ ਨਾ ਸਕੋ ਤਾਂ ਪਹਿਲਾ ਮੁੱਕਾ ਤੁਸੀਂ ਮਾਰੋ। ਹੁਣ ਗੱਲ ਮੁੜ ਕੇ ਯੂਕਰੇਨ ਦੀ। ਸਾਲ 2014 ਵਿੱਚ ਯੂਕਰੇਨ ਅਤੇ ਰੂਸ ਆਹਮੋ ਸਾਹਮਣੇ ਆ ਚੁੱਕੇ ਨੇ। ਉਸ ਵੇਲੇ ਰੂਸ ਨੇ ਕ੍ਰੀਮੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਸੀਰੀਆ ਦੇ ਗ੍ਰਹਿ ਯੁੱਧ ਵਿੱਚ ਪੁਤਿਨ ਬਸ਼ਰ ਅਲ ਅਸਦ ਦੇ ਪੱਖ ਵਿੱਚ ਖੜ੍ਹੇ ਹੋ ਚੁੱਕੇ ਸੀ, ਜਿੱਥੇ ਪੱਛਮੀ ਦੇਸ਼ ਦੂਜੇ ਪਾਲੇ ਵਿੱਚ ਖੜ੍ਹੇ ਸੀ, ਤਾਂ ਪੱਛਮੀ ਮੁਲਕਾਂ ਨੂੰ ਉਹ ਚੈਲੰਜ ਪਹਿਲਾਂ ਹੀ ਕਰ ਚੁੱਕੇ ਨੇ ਅਤੇ ਪੱਛਮੀ ਮੁਲਕ ਵੀ ਪੁਤਿਨ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਨੇ। ਤਾਂ ਸਵਾਲ ਇਹ ਹੈ ਕਿ ਰੂਸ ਦੀ ਜਨਤਾ ਪੁਤਿਨ ਨੂੰ ਕਿਵੇਂ ਦੇਖਦੀ ਹੈ? ਪੁਤਿਨ ਸ਼ੁਰੂ ਤੋਂ ਹੀ ਆਪਣੀ ਇਮੇਜ ਬਿਲਡਿੰਗ 'ਤੇ ਕੰਮ ਕਰਦੇ ਰਹੇ ਨੇ। ਜਿਵੇਂ ਕਦੇ ਫਾਈਟਰ ਜੈੱਟ ਵਿੱਚ ਉੱਡਣ ਲੱਗਦੇ ਨੇ, ਰਸ਼ੀਅਨ ਬਾਈਕ ਫੈਸਟੀਵਲ ਵਿੱਚ ਬਾਈਕਰ ਬਣ ਜਾਂਦੇ ਨੇ। ਉਹਨਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਮੀਡੀਆ ਨੂੰ ਕੰਟਰੋਲ ਕਰਨ ਦਾ ਕੀਤਾ, ਬਲਕਿ ਕਿਹਾ ਜਾਂਦਾ ਹੈ ਕਿ ਰੂਸ ਦੇ ਨਾਗਰਿਕ ਉਹੀ ਦੇਖਦੇ ਨੇ ਜੋ ਪੁਤਿਨ ਚਾਹੁੰਦੇ ਨੇ। ਰਸ਼ੀਅਨ ਮੀਡੀਆ ਵਿੱਚ ਪੁਤਿਨ ਦਾ ਰਾਸ਼ਟਰਵਾਦ ਵਾਲਾ ਬ੍ਰਾਂਡ ਹੀ ਚੱਲਦਾ ਹੈ, ਇਸ ਲਈ ਉੱਥੇ ਵਿਰੋਧੀ ਪਾਰਟੀਆਂ ਕਿਸ ਲੈਵਲ 'ਤੇ ਨੇ ਇਹ ਪਤਾ ਕਰਨਾ ਮੁਸ਼ਕਲ ਹੈ। ਪੁਤਿਨ ਨੂੰ ਪੁਰਾਣੀ ਪੀੜ੍ਹੀ ਦੇ ਲੋਕ ਵੀ ਕਾਫ਼ੀ ਪਸੰਦ ਕਰਦੇ ਨੇ। ਨੌਜਵਾਨ ਲੋਕ ਵੀ ਪੁਤਿਨ ਦੇ ਯੁੱਗ ਵਿੱਚ ਹੀ ਵੱਡੇ ਹੋਏ ਨੇ, ਹਾਲਾਂਕਿ ਉਹ ਥੋੜ੍ਹਾ ਬਦਲਾਅ ਚਾਹੁੰਦੇ ਨੇ।
ਸਾਲ 2021 ਵਿੱਚ ਪੁਤਿਨ ਦੇ ਵਿਰੋਧੀ ਅਲੈਕਸੀ ਨਵਾਲਨੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਪੂਰੇ ਰੂਸ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ। ਪਿਛਲੇ ਕਈ ਸਾਲਾਂ ਤੋਂ ਰੂਸ ਨੇ ਇੰਨਾ ਵੱਡਾ ਵਿਰੋਧ ਪ੍ਰਦਰਸ਼ਨ ਨਹੀਂ ਦੇਖਿਆ ਸੀ। ਨਵਾਲਨੀ ਨੇ ਪੁਤਿਨ ਦੀ ਪਾਰਟੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸੀ, ਪਰ ਨਵਾਲਨੀ ਨੂੰ ਇੱਕ ਪੁਰਾਣੇ ਘਪਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ। ਇਸ ਵੇਲੇ ਉਹ ਜੇਲ੍ਹ ਵਿੱਚ ਹੀ ਨੇ। ਨਵਾਲਨੀ ਤੇ ਨੋਵੀਚੋਕ ਜ਼ਹਿਰ ਨਾਲ ਵੀ ਹਮਲਾ ਕੀਤਾ ਗਿਆ ਸੀ ਅਤੇ ਇਸ ਦਾ ਇਲਜ਼ਾਮ ਪੁਤਿਨ ਦੀ ਖੁਫੀਆ ਏਜੰਸੀ FSB ਤੇ ਲਗਾਇਆ ਗਿਆ, ਪਰ ਪੁਤਿਨ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰਦੇ ਨੇ। ਮੰਨਿਆ ਜਾਂਦਾ ਕਿ ਪੁਤਿਨ ਕੋਲ ਕਾਫੀ ਜਾਇਦਾਦ ਹੈ ਅਤੇ ਉਹ ਆਪਣੇ ਪਰਿਵਾਰ ਨੂੰ ਪਬਲਿਸਿਟੀ ਤੋਂ ਦੂਰ ਵੀ ਰੱਖਦੇ ਨੇ। 2016 ਵਿੱਚ ਪਨਾਮਾ ਪੇਪਰ ਲੀਕ ਵਿੱਚ ਪੁਤਿਨ ਦੇ ਪੁਰਾਣੇ ਦੋਸਤ ਦਾ ਵੀ ਨਾਮ ਸਾਹਮਣੇ ਆਇਆ ਸੀ। ਪੁਤਿਨ ਦੀ ਪਤਨੀ ਨੇ 30 ਸਾਲ ਦੇ ਵਿਆਹ ਤੋਂ ਬਾਅਦ ਸਾਲ 2013 ਵਿੱਚ ਉਹਨਾਂ ਨੂੰ ਡਿਵੋਰਸ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਪੁਤਿਨ ਵਰਕੋਹਲਿਕ ਨੇ, ਯਾਨੀ ਪੁਤਿਨ ਸਿਰਫ ਕੰਮ ਤੇ ਹੀ ਧਿਆਨ ਦਿੰਦੇ ਨੇ। ਰੋਇਟਰਸ ਨਿਊਜ਼ ਏਜੰਸੀ ਦੀ ਇੱਕ ਜਾਂਚ ਵਿੱਚ ਪਤਾ ਲੱਗਿਆ ਕਿ ਪੁਤਿਨ ਦੀ ਇੱਕ ਬੇਟੀ ਕਾਤਰੀਨਾ ਮਾਸਕੋ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਉੱਚੇ ਅਹੁਦੇ ਤੇ ਹੈ ਅਤੇ ਉਹਨਾਂ ਦੀ ਦੂਜੀ ਬੇਟੀ ਮਾਰੀਆ ਵੀ ਅਕਾਦਮਿਕ ਫੀਲਡ ਵਿੱਚ ਹੈ। ਪੁਤਿਨ ਦੀਆਂ ਪਹਿਲੀਆਂ 2 ਪ੍ਰੈਜ਼ੀਡੈਂਸ਼ੀਅਲ ਟਰਮ ਵਿੱਚ ਰੂਸ ਨੇ ਤੇਲ ਅਤੇ ਗੈਸ ਐਕਸਪੋਰਟ ਵਿੱਚ ਚੰਗਾ ਪੈਸਾ ਕਮਾਇਆ। ਇਸ ਤੋਂ ਬਾਅਦ ਰੂਸੀ ਲੋਕਾਂ ਦਾ ਰਹਿਣ ਸਹਿਣ ਵੀ ਉੱਚਾ ਹੋਇਆ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਦੀ ਕੀਮਤ ਰੂਸ ਵਿੱਚ ਲੋਕਤੰਤਰ ਨੇ ਚੁਕਾਈ।